ਨਾਲ ਅਤੇ ਮੈਂ ਅੱਜ ਚੱਲਿਆ ਹੈਗਾ ਜਲੰਧਰ ਗਦਰੀ ਬਾਬਿਆਂ ਦੇ ਮੇਲੇ 'ਤੇ। ਘਰੋਂ ਤੁਰੇ ਸੀਗੇ, ਹੋ ਗਿਆ ਅੱਧਾ ਪੌਣਾ ਘੰਟਾ, ਸਮਾਧ ਆ ਗਿਆ ਮੈਂ। ਠੰਡ ਹੈਗੀ ਆ, ਹੌਲੀ ਹੌਲੀ ਜਾਂਦੇ ਹਾਂ। ਅਤੇ ਮੈਂ ਆਪਣੀ ਗੱਡੀ 'ਤੇ ਚੱਲਿਆ ਸੀਗਾ ਅੱਜ, ਅਤੇ ਬਾਕੀ ਫਿਰ ਜਲੰਧਰ ਪਹੁੰਚ ਕੇ ਕਰਦੇ ਹਾਂ ਗੱਲਬਾਤ ਆਪਾਂ। ਮੇਲੇ 'ਤੇ ਪਹੁੰਚ ਗਿਆ ਮੈਂ ਗਦਰੀ ਬਾਬਿਆਂ ਦੇ ਉੱਤੇ, ਦੇਸ਼ ਭਗਤ ਹਾਲ ਉਦਾਸੀ ਦਾ ਚੋਲਾ ਪਹਿਨ ਨਾਨੀਆਂ ਦਾਦੀਆਂ ਦੀਆਂ ਕਬਰਾਂ ਕੋਲ ਬੈਠ ਮਾਵਾਂ ਨਾਲ ਲੜਦੀਆਂ ਪਿਆਰ ਕਰਦੀਆਂ ਲੜਾਈ ਦਾ ਹਰ ਬਦਲ ਠੁਕਰਾਉਂਦੀਆਂ ਹਾਂ। ਹੁਣ ਅਸੀਂ ਮੈਦਾਨ ਵਿੱਚ ਆਉਂਦੀਆਂ ਹਾਂ, ਹੁਣ ਅਸੀਂ ਮੈਦਾਨ ਵਿੱਚ ਆਉਂਦੀਆਂ ਹਾਂ। ਦੂਸਰੀ ਨਜ਼ਮ, ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ ਹੈ ਕਿ ਲੋਕ ਰਾਵਣ ਤੇ ਟੱਪ ਕੇ ਲੈ ਗਿਆ
ਉਸਦੀ ਬੁਰੀ ਨਜ਼ਰ ਤੇ ਚੱਕਾ ਚੁੱਕੀ। ਇਹਨਾਂ ਹਾਲਾਤਾਂ ਵਿੱਚ ਮੈਂ ਤੇਰੇ ਦੁਬਾਰਾ ਕਿਵੇਂ ਅਪਰਾਧ ਕਰਾਂ? ਤੂੰ ਜਿੱਥੇ ਵੀ ਜਾਣਾ ਚਾਹੇ ਜਾ ਸਕੀ। ਵਾਲਮੀਕਿ ਜੀ ਆਪਣੀ ਰਾਮਾਇਣ ਵਿੱਚ ਅੱਗੇ ਲਿਖੇ ਹੈ, ਕਈ ਸ਼ਲੋਕਾਂ ਦੇ ਨਾਲ ਮਾਤਾ ਸੀਤਾ ਦੀ ਇਸ ਪੀੜ ਦਾ ਵਰਣਨ ਵੀ ਕਰਦੇ ਨੇ। ਫਿਰ ਮਾਤਾ ਸੀਤਾ ਅੱਗੇ ਕਹਿੰਦੀ ਹੈ, ਦੇਖੇ ਹੀ ਸਾਰੇ ਬਲੌਗ 'ਚ। ਅਤੇ ਹੁਣ ਪਿੰਡ ਚੱਲਿਆ ਮੈਂ ਗੱਡੀ 'ਤੇ ਆਪਣੀ 'ਤੇ। ਚਲੋ ਠੀਕ ਹੈ, ਫਿਰ ਪਿੰਡ ਪਹੁੰਚ ਕੇ ਕਰਦੇ ਹਾਂ ਬਾਕੀ ਗੱਲਬਾਤ।